जरूर दबा लेना ताकि साड़ी आवन वाली नवी तो नवी वीडियो जी भरावान तक आसानी पहुंच सके। वीडियो जी बना लगी वीडियो इस तरह है, अगे भी वीडियो तुम वेखते पे हो इस डेरे की वीडियो जी अपलोड होती पी है यूसुफ जट की वीडियो जी ये होंगी है। बाकी वीडियो का एड्रैस है जे जिला जोड़ा है इन्हों का वजीराबाद है, तहसील भी वजीराबाद है, पिंड जोड़ा जी इन्हों का भरा में लगे चन। अगे भी वीडियो जो दसी दी है किसी भी भराव ना हो वजीराबाद तो जोड़ा रोड निकलता ना सियालकोट आला सामने आला उस रोड के उना अगर स्टाप आता सोधरा उतो रस्ता ढल के अगर तकरीबन जोड़ा ना तीन या चार किलोमीटर तो बाद इनका पिंड आता है। यही इन्हों लोकेशन ने, बाकी नंबर स्क्रीन ला जाना किसी भी भरा दूरों आना हो लोकेशन जी है ना वो भाई यूसुफ को वट्सअप से मंगा लेनी है। बाकी जी गलबात है डंगर की वो सारी असं भाई यूसुफ ने करा दे पूछ लाने के टोटल जोड़ा ना वो किनिया लैके आए हैं जो किनिया विक गई ने और किनिया जोड़िया ना इस टाइम झोटिया खाली ने जिन्हों का उन्हें मुल लाना है झोटिया वेख लैनिया ने। अगली गलबात जी जे जे भरा पसंद आवे नंबर जोड़ा है वो भाई यूसुफ का स्क्रीन से लग जाना है। राबता करके अपना सौदा जोड़ा जी पेन कर लेना वारा जुम्मे रात है तारीख भी बनती है जी यकम रमजान से पहला तखीर वीडियो करने जी शुरू आओ जी भाई यूसुफ झोटियां कल मुल्तान भाई बिलाल ना भी गल हुई बैंक च पैसे आए हैं लैन गए जी बिलकुल एक झोटी इतने पिंड दी सत हो गई ठीक है जिड़िया पिछले बार झोटियां विकिया ने गां विकी है तुहाडे चैनल ते पंजी तू छब्बी डंगर मैं बेचे ने तुहाडे चैनल ठीक हो गया ठीक है वेखो इत्थे ही हरशा रह जानी है मैं पे आखा मैं अपने पहले नेटवर्क ते वेचियां ने ओह भी वेचियां ने कुछ छे सात डंगर पर पंजी तू छब्बी डंगर जिहड़े ने महीने दे विच मैं तुहाडे चैनल इस चैनल दे नेटवर्क इस चैनल दे विच ने दूसरा भाई बिलाल नाल राबता कीता ही चलो ना बुद्ध नूं आवां दे बुद्ध नूं जी वेखियां हन जी बिलकुल ना भी लिखे ने जी ठीक ओह भी तुहानूं दसने आ। दूसरा जिहड़े भरा बाहर ने उहनां नूं भी भाजी साडे लो अस्सलामु अलैकुम जी जी बिलकुल जिहड़े पाकिस्तान च ने उहनां नूं भी जी बिलकुल ते निक्की जी भाई निशान है करद करनी है जे तुसीं आर्डर दिओ ते करने आ जे ना दिओ ते नहीं करदे जी हुकम करो जनाब भाजी जिहड़ा माल है ना जू दा जी ਉਹਦਾ ਉੱਥੇ ਜਾ ਕੇ ਕੋਈ ਚੈੱਕ ਕਰ ਲੇ ਇੱਥੇ ਦਾ ਤੇ ਉੱਥੇ ਦਾ ਭਾਜੀ ਬੜਾ ਫਰਕ ਹੈ ਜੀ ਬਿਲਕੁਲ ਠੀਕ ਹੈ ਜੀ ਠੀਕ ਹੈ ਮੰਡੀ ਦਾ ਤੇ ਇੱਥੇ ਦਾ ਤੇ ਘਰੋਂ ਮੱਝ ਤਸੱਲਾ ਵਾਲੀ ਲਈ ਦਾ ਭਾਜੀ ਬੜੇ ਫਰਕ ਪੈਂਦੇ ਠੀਕ ਹੋ ਗਿਆ ਠੀਕ ਹੈ ਜੀ ਜੀ ਤੇ ਅੱਲਾ ਪਾਕ ਖੈਰ ਕਰੇ ਮਾਲ ਆਪਣਾ ਹੁੰਦਾ ਪਾਕ ਪਤਨ ਆਰਫ ਵਾਲਾ ਹੁੰਦਾ ਮਰਲਾ ਚੌਕ ਪੁਰਾਣਾ ਥਾਣਾ ਤੇ ਮਿੰਚਨਾਬਾਦ ਜੀ ਬਿਲਕੁਲ ਠੀਕ ਹੈ ਠੀਕ ਹੈ ਹੈਡ ਸੁਲੇਮਾਨ ਕੀ ਤੂੰ ਲੈ ਕੇ ਤੇ ਹੈਡ ਸਲਾਮ ਤੱਕ ਮੈਂ ਜਾਣਾ ਜਿਹੜੇ ਚੱਕ ਦਾ ਕਿਸੇ ਪੁੱਛਣਾ ਹੋਵੇ ਜੀ ਬਿਲਕੁਲ ਮੈਂ ਇਸ ਗੱਲ ਦਾ ਜ਼ਿੰਮੇਦਾਰ ਹਾਂ ਜੇ ਮੇਰਾ ਮਾਲ ਉੱਥੋਂ ਨਾ ਆਉਂਦਾ ਹੋਵੇ ਇੱਕ ਦੂਸਰੇ ਨੰਬਰ ਤੇ ਮੈਨੂੰ ਕੋਈ ਲਾਲਚ ਨਹੀਂ ਜੇ ਕਿਸੇ ਭਰਾ ਨਾਲ ਜਾਣਾ ਹੋਵੇ ਤੇ ਮੇਰੇ ਨਾਲ ਜਾ ਸਕਦਾ ਵੈਰੀ ਗੁੱਡ ਜੀ ਆਪਣਾ ਇੱਕ 100 ਰੁਪਈਆ ਵੀ ਆਪਣੇ ਤੇ ਆਰਾਮ ਹੋਵੇ ਤਾਂ ਕੋਈ ਰੋਟੀ ਟੁਕਰ ਜਿੰਨੇ ਚੋਗੇ ਹੋਏ ਉਹਦੀ ਹਿੰਮਤ ਕਰਾਂਗੇ ਜੀ ਬਿਲਕੁਲ ਤੇ ਜਾ ਕੇ ਪਤਾ ਕਰ ਸਕਦਾ ਮਾਲ ਵਾਕਈ ਤੇ ਮਾਲ ਆਪਣਾ ਆਪ ਆਪ ਹੀ ਦੱਸੇਗਾ ਜੀ ਬਿਲਕੁਲ ਉਹ ਮਜਾ ਆ ਜਿਹੜਾ ਨਾ ਉਹ ਆਪ ਦਿਖਾ ਲੈਣਾ ਆਪ ਦੱਸਣ ਜੀ ਤਿੰਨ ਨਾ ਝੋਟੀਆਂ ਤਿੰਨ ਜੀ ਤਿੰਨ ਠੀਕ ਹੋ ਗਿਆ ਜੀ ਇੱਕ ਮੱਝ ਜਿਹੜੀ ਹੈ ਤੀਸਰੇ ਸੂਏ ਵੇ ਇਹਨੂੰ ਦੂਜਣ ਬਣਾ ਲਈਏ ਤੇ ਹਰਜ ਕੋਈ ਨਹੀਂ ਬਰਲ ਬਣਾਉਣਾ ਨਹੀਂ ਵੈਰੀ ਗੁੱਡ ਜੀ ਦੋ ਝੋਟੀਆਂ ਦੂਜਣਾ ਨੇ ਵੈਰੀ ਗੁੱਡ ਜੀ ਦੋ ਦੂਜਣਾ ਤੇ ਇੱਕ ਜਿਹੜੀ ਹੈ ਨਾ ਤੀਸਰੇ ਸੂਏ ਤਿੰਨੇ ਜਿਹੜੀਆਂ ਨੇ ਸੂਈਆਂ ਨੇ ਲੋ ਜੀ ਭਾਈ ਯੂਸਫ ਕਰੀਏ ਵੀਡੀਓ ਸ਼ੁਰੂ ਜੀ ਕਰੋ ਜੀ ਕਿਹੜੀ ਲਾਣੀ ਜੇ ਨੰਬਰ ਇੱਕ ਦੇ ਨੰਬਰ ਇੱਕ ਤੇ ਆ ਵੱਡੀ ਲਾਣੀ ਹੈ ਇਹ ਲਾਣੀ ਹੈ ਲੋ ਜੀ ਖੋਲੋ ਜੀ ਨੰਬਰ ਜਿਹੜੀ ਹੈ ਨਾ ਜੀ ਇੱਕ ਇੱਕ ਵਾਰੀ ਮਾਈ ਦੀ ਜਿਹੜਾ ਤਸੱਲੀ ਹੈ ਨਾ ਇਹ ਬਲਾਲ ਕਰਾਏ ਤੇ ਬਾਕੀ ਜਿਹੜੀ ਗੱਲਬਾਤ ਹੈ ਨਾ ਉਹ ਇਨਸ਼ਾਅੱਲਾ ਇੱਕ ਇੱਕ ਤੇ ਜਾ ਕੇ ਜਿਹੜੀ ਤਫਸੀਲ ਹੈ ਨਾ ਉਹ ਭਾਈ ਯੂਸਫ ਕੋ ਪੁੱਛ ਲੈਣੇ ਆ ਲੋ ਜੀ ਤਿੰਨੇ ਜਿਹੜਾ ਨਾ ਇਹ ਝੋਟੀਆਂ ਵੇਖ ਲੈਣੀਆਂ ਨੇ ਲੈਣੇ ਬੱਚੇ ਦੇ ਆਪੇ ਟੁਰ ਗਈ ਹੈ ਤੇ ਟੋਰ ਕੇ ਦਰਵਾਨੇ ਆ ਮਾਸ਼ਾਅੱਲਾ ਜੀ ਇਧਰ ਲਿਓ ਤੁਹਾਨੂੰ ਇੱਕ ਵਾਰੀ ਪਹਿਲਾਂ ਬਲਾਲ ਨੂੰ ਟੋਰ ਫੇਰ ਕੇ ਜਿਹੜਾ ਨਾ ਇੱਕ ਵਾਰੀ ਦੋਵਾਂ ਸਾਈਡਾਂ ਦੀ ਜਿਹੜਾ ਨਾ ਇਹ ਤਸੱਲੀ ਕਰਾਉਣ ਦਿਓ ਇੱਕ ਇੱਕ ਅੰਗ ਜਿਹੜਾ ਨਾ ਇਹ ਭਰਾਵਾਂ ਨੂੰ ਚੈੱਕ ਕਰਾਉਣ ਦਿਓ ਲੈਣੇ ਦੇਣੇ ਜਿਹੜੇ ਨੇ ਨਾ ਇਹ ਨਸੀਬ ਨੇ ਲੋ ਜੀ ਸੁਬਾ ਲਿਆ ਸੋ ਤੀਸਰਾ ਭਾਈ ਯੂਸਫ ਕਿੰਨੇ ਦਿਨ ਹੋ ਗਏ ਨੇ ਮਾਈ ਨੂੰ ਸੋਏ ਆ ਭਾਈ ਨਿਸ਼ਾਨ ਆ ਦਸਵੀਂ ਚਵਾਈ ਹੋਣੀ ਹੈ ਹੁਣੇ ਦੀ ਠੀਕ ਹੈ ਜੇ ਕੋ ਭਰਾ ਆਖੇ ਡਾਕਾ ਲਾਇਆ ਤੇ ਭਾਈ ਜੀ ਅਸਾਂ 10 ਦਿਨਾਂ ਦਾ ਲਾਇਆ ਜੀ ਠੀਕ ਹੈ ਸਾਨੂੰ ਕੋਈ ਇਤਰਾਜ਼ ਨਹੀਂ ਠੀਕ ਹੈ ਪਰ ਅੱਲਾ ਨੂੰ ਹਾਜ਼ਰ ਕਰਕੇ ਹਾਂ ਰਾਤੀ 10 ਵਜੇ ਦੀਆਂ ਮੱਝਾਂ ਚੋਈਆਂ ਕਿਉਂਕਿ ਮੱਝ ਆਪ ਦੱਸਦੀ ਹੈ ਵੀ ਕਿ ਥਣਾ ਦੇ ਵਿੱਚ ਧਾਰ ਨੇ ਦੂਸਰਾ ਨਸਲ ਤੋਂ ਇਥੋਂ ਪਤਾ ਲੱਗਦਾ ਮੁੰਡਾ ਪਿਛਾਂ ਬੋ
ਟੋਰਦਾ ਨਾ ਮੱਝ ਨੂੰ ਜੀ ਬਿਲਕੁਲ ਤੇ ਕੰਨ ਤੋਂ ਫੜੀ ਉਹਨੇ ਠੀਕ ਹੈ ਇੱਥੋਂ ਨਸਲਾਂ ਦਾ ਪਤਾ ਲੱਗਦਾ ਹੈ ਨਸਲੀ ਹੈ ਕਿ ਬੇਨਸਲੀ ਵੈਰੀ ਗੁੱਡ ਇਹ ਕੰਨ ਤੋਂ ਫੜ ਕੇ ਜਿੱਥੇ ਦੇਲੇ ਲੈ ਜਾਓ ਜਿੱਥੇ ਦੇਲੇ ਨੂੰ ਲਈ ਜਾਓ ਜਿੱਧਰ ਮਰਜ਼ੀ ਤੇ ਤੋਰੀ ਫੇਰੀ ਜਾਓ ਜੀ ਠੀਕ ਹੋ ਗਿਆ ਤੇ ਨਿਰਾ ਮੱਝਾਂ ਲਿਆਉਣੀਆਂ ਹੀ ਕੰਮ ਨਹੀਂ ਜੀ ਬਿਲਕੁਲ ਕੋਈ ਨਸਲ ਵੀ ਕਿਸੇ ਨੂੰ ਲਿਆ ਕੇ ਵਹਾਏ ਬੰਦਾ ਤੇ ਫੇਰ ਚਾਸ ਜੀ ਬਿਲਕੁਲ ਉਹ ਸਾਹਮਣੇ ਆ ਗਈ ਹੈ ਨਾ ਭਾਈ ਉਸ ਉਹ ਭਰਾਵਾਂ ਨੇ ਆਪ ਵੇਖ ਲੈਣਾ ਇਹ ਕਿੰਨੇ ਦਿਨ ਹੋ ਗਏ ਜੇ ਸੋਏ ਆ ਇਹ ਹੁਣ ਜੀ ਇਹਦੀ 10ਵੀਂ ਚੁਆਈ ਹੋਣੀ ਹੈ ਇਹ 10ਵੀਂ ਚੁਆਈ ਪੰਜਵਾਂ ਦਿਨ ਹੈ ਅੱਜ ਇਹਨੂੰ ਸੁਵੇ ਆ ਠੀਕ ਹੋ ਗਿਆ ਜੀ ਤੇ ਅੱਲਾ ਪਾਕ ਖੈਰ ਰੱਖੇ ਨਾ ਏਡੀਆਂ ਲੰਮੀਆਂ ਨਾ ਧੋਣਾ ਹੁੰਦੀਆਂ ਮੱਝਾਂ ਦੀਆਂ ਤੇ ਨਾ ਹੀ ਏਡੀਆਂ ਸਿੱਧੀਆਂ ਪਤਰੀਆਂ ਜੰਮਦੀਆਂ ਨੇ ਜੀ ਬਿਲਕੁਲ ਫਿਰ ਹੁੰਦੀਆਂ ਜ਼ਰੂਰ ਨੇ ਜੀ ਬਿਲਕੁਲ ਇਹ ਦੇਖੋ ਜੀ ਡੰਗਰ ਲੱਭਦਾ ਨਸੀਬਾਂ ਨਾਲ ਤੁਸੀਂ ਮਿਹਨਤ ਕੀਤੀ ਹੈ ਮਿਹਨਤ ਕਰਕੇ ਭਰਾਵਾਂ ਵਾਸਤੇ ਜੂਹ ਵਿੱਚੋਂ ਜਿਹੜਾ ਹੈ ਨਾ ਇਹ ਅਨਮੋਲ ਤੋਹਫੇ ਲੈ ਕੇ ਆਇਓ ਕਿੰਨਾ ਕੋਈ ਇਸ ਵੇਲੇ ਦੁੱਧ ਦੀਆਂ ਬੋਲਾ ਚੁਆਂਦੀ ਹੈ ਪਰੇਸ਼ਾਨ ਆ ਬੋਲਾ ਦੇ ਵੇ ਦੇਖੋ 20 ਕਿਲੋ ਠੀਕ ਹੈ ਠੀਕ ਹੈ ਪਰ ਲੱਸਾਂ 20 ਕਿਲੋ ਵੀ ਕੋਈ ਨਹੀਂ ਦੱਸਣਾ ਤੇ 19 ਵੀ ਨਹੀਂ ਦੱਸਣਾ 18 ਕਿਲੋ ਇੱਥੋਂ ਸਾਡੇ ਘਰੋਂ ਜੀ ਪੂਰੀ ਨਿਚੋੜ ਮੱਝ ਚੋਲੇ ਮਿਲ ਲੈ ਤੋਲੇ ਉਹਦੀ ਆਪਣੀ ਮਰਜ਼ੀ ਵੈਰੀ ਗੁੱਡ ਜੇ 18 ਕਿਲੋ ਆ ਕੇ ਆਪਣੀ ਤਸੱਲੀ ਜਿਹੜਾ ਹੈ ਨਾ ਤਸੱਲੀ ਕਰੇ ਕੋਈ ਵੀ ਭਰਾ ਜਿੱਥੋਂ ਵੀ ਆਵੇ ਆ ਕੇ ਆਪਣੀ ਤਸੱਲੀ ਕਰ ਲੈ ਮਗਰ ਕੱਟਾ ਸੋ ਨਾ ਬੱਚਾ ਮਗਰ ਕੱਟਾ ਜੀ ਮਗਰ ਇਹਦੇ ਕੱਟਾ ਜੀ ਲੋ ਜੀ ਇੱਧਰ ਬੱਚੇ ਦੇ ਛੱਡ ਦਿਓ ਨਾ ਬੁਲਾਲ ਇੱਕ ਵਾਰੀ ਲਿਬਾਸ ਤੇ ਥਣ ਜਿਹੜਾ ਹੈ ਨਾ ਇਹ ਝੋਟੀ ਦਾ ਵਹਾ ਛੜੇ ਲੋ ਜੀ ਭਾਈ ਯੂਸਫ ਨਾ ਭਾਈ ਨਿਸ਼ਾਨ ਆ ਥੱਲੇ ਥਣ ਵੀ ਇੰਜ ਨੇ ਜਿਵੇਂ ਜਿਹੜੀ ਦੇ ਪਾਵੇ ਹੁੰਦੇ ਨੇ ਜਵਾਂ ਨੁਕਰਾਂ ਦੇ ਜਵਾਂ ਨੁਕਰਾਂ ਦੇ ਜੀ ਬਿਲਕੁਲ ਇੱਕ ਦੂਸਰੀ ਗੱਲ ਇਹ ਵੇ ਚਿਰਕਾ ਚਿਰਕਾ ਯਾਦ ਆਇਆ ਸਾਡੀ ਮਾਈ ਦੀ ਧੁਨੀ ਕੋਲੀ ਵਹਾਇਆ ਜੇ ਠੀਕ ਹੈ ਸਾਡੀ ਕਿਸੇ ਨਾਲ ਨਾ ਸਿਹਤ ਨਹੀਂ ਹੈ ਕਿਸੇ ਨਾਲ ਨਹੀਂ ਜੇ ਧੁਨੀ ਕੋਲੀ ਵਹਾਈਏ ਤੇ ਇਹ ਵੀ ਵਹਾਈਦਾ ਸਾਡੀਆਂ ਮੱਝਾਂ ਢਿੱਡ ਤੇ ਨਹੀਂ ਛੱਡੇ ਜੀ ਬਿਲਕੁਲ ਉਹ ਵੇਖ ਲੈਣਾ ਭਰਾਵਾਂ ਨੇ ਆਪ ਜਿਹੜਾ ਨਾ ਭਾਈ ਯੂਸਫ ਹੁਣ ਬਿਸਮਿਲਲਾ ਪੜੋ ਜੇ ਕਿਸੇ ਭਰਾ ਨੂੰ ਇੱਕ ਹੋਰ ਭਾਈ ਨਿਸ਼ਾਨ ਗੱਲ ਹੈ ਤਿੰਨ ਮੱਝਾਂ ਬੱਝੀਆਂ ਨੇ ਅਗਲੇ ਦਿਨ ਇੱਕ ਜਣੇ ਵਾਖਿਆ ਸੀ ਗੱਲ ਕੀਤੀ ਸੀ ਉਂਗਲ ਤੇ ਨਹੀਂ ਲਵੇਟ ਕੇ ਵਹਾਉਂਦਾ ਹੁਣ ਤੇ ਜੇ ਉਂਗਲ ਤੇ ਲਵੇਟੀ ਨਾ ਨਾ ਗਈ ਸਾਰੀ ਪੂਛਲ ਤੇ ਮੱਝ ਫਰੀ ਨਾ ਨਾ ਦਿਆਂ ਤੇ ਮੈਂ ਕੰਮ ਆਪਣਾ ਛੱਡ ਦਿਆਂਗਾ ਇੱਕੋ ਉਂਗਲ ਤੇ ਲਵੇਟ ਕੇ ਉਂਗਲ ਤੇ ਸਾਰੀ ਪੂਛਲ ਜਿਹੜੀ ਹੈ ਇੱਕੋ ਉਂਗਲ ਤੇ ਲਵੇਟੀ ਜਾਏਗੀ ਤੇ ਬਾਰ ਬਾਰ ਲਵੇਟੀ ਜਾਏਗੀ ਠੀਕ ਹੋ ਗਿਆ ਜੀ ਆ ਜਾਓ ਭਾਈ ਯੂਸਫ ਤੇ ਤਿੰਨਾਂ ਦੀ ਨਾਲ ਲਵੇਟੀ ਗਈ ਤੇ ਤਿੰਨਾਂ ਹੀ ਫਰੀ ਜੀ ਠੀਕ ਹੋ ਗਿਆ ਲੋ ਜੀ ਭਾਈ ਯੂਸਫ ਬਿਸਮਿਲਲਾ ਪੜੋ ਜੇ ਨੰਬਰ ਇੱਕ ਮੱਝ ਕਿਸੇ ਭਰਾ ਨੂੰ ਪਸੰਦ ਆਵੇ ਨਾ ਇਹ ਕਿੰਨੇ ਦੀ ਮੱਝ ਤੁਸੀਂ ਦੇ ਸਕਣੀ ਹੈ ਭਾਈ ਨਿਸ਼ਾਨ ਮੱਝ ਦੇਵੇ ਨਮਾਇਸ਼ ਤੇ ਚੋਣ ਵਾਲੀ ਠੀਕ ਹੈ ਠੀਕ ਹੈ ਜੀ ਜੇ ਕਿਸੇ ਭਰਾ ਨੂੰ ਜਿਹੜੇ ਨਮਾਇਸ਼ਾਂ ਤੇ ਚੋਂਦੇ ਨੇ ਨਾ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਠੀਕ ਹੋ ਗਿਆ ਠੀਕ ਹੈ ਜੀ ਪਰ ਜੇ ਤਾਂ ਮੁੱਲ ਕਰੀਏ ਤੇ ਫਿਰ ਭਾਵੇਂ ਇਹਦਾ ਹੁਣ 15 ਲੱਖ ਕਰ ਲਈਏ ਤੇ ਭਾਵੇਂ 35 ਕਰ ਲਈਏ ਤੇ ਭਾਵੇਂ 40 ਕਰ ਲਈਏ ਠੀਕ ਹੈ ਪਰ ਇਹ ਨਹੀਂ ਕਰਨਾ ਕਿ ਸਾਨੂੰ ਲੱਭ ਗਈਏ ਤੇ ਹੁਣ ਅਸਾਂ ਕਿਸੇ ਨੂੰ ਦੇਣੀ ਕੋਈ ਨਹੀਂ ਜੀ ਠੀਕ ਹੋ ਗਿਆ ਮੁੱਲ ਇਹਦਾ ਪੱਕਾ ਤੇ ਪੀਲਾ ਲਾਣਾ ਭਾਈ ਉਹ ਤਾਂ ਮੈਂ ਅੱਗੇ ਵੀ ਤੁਹਾਡੇ ਨਾਲ ਰਿਕੁਐਸਟ ਕੀਤੀ ਹੈ ਤੇ ਅੱਗੋਂ ਵੀ ਕਰਨੀ ਹੈ ਕਿ ਮੁੱਲ ਜਿਹੜਾ ਹੈ ਨਾ ਇਹ ਆਪਣਾ ਪੱਕਾ ਤੇ ਪੀਲਾ ਰੱਖਣਾ ਬਾਕੀ ਮਾਲ ਭਰਾਵਾਂ ਨੇ ਆਪ ਵੇਖ ਲੈਣਾ ਕਿੰਨੇ ਦੀ ਮੱਝ ਜਿਹੜਾ ਨਾ ਭਾਈ ਉਸ ਤੁਸੀਂ ਦੇ ਸਕਣੀ ਹੈ ਭਾਈ ਨਿਸ਼ਾਨ ਹੈ ਇਹ ਤੱਕ ਆਪਣੀ ਮੱਝ ਨੇ ਥਣ ਚ ਧਾਰ ਨਹੀਂ ਪਾਈ ਜੀ ਬਿਲਕੁਲ ਇਸ ਗੱਲ ਦੇ ਤੁਸੀਂ ਵੀ ਗਵਾਹ ਹੋ ਜੀ ਉਹ ਸਾਹਮਣੇ ਨਜ਼ਰ ਆ ਨਹੀਂ ਜੀ ਠੀਕ ਹੈ ਜੀ ਤੇ ਅੱਲਾ ਪਾ ਖੈਰ ਕਰੇ ਜੇ ਤੇ ਭਾਜੀ ਖਾਲੀ ਮੁੱਲ ਕਰਨਾ ਤੇ ਫੇਰ ਤੇ 10 ਲੱਖ ਕਰੀ ਜਾਂਦੇ ਆ ਠੀਕ ਹੈ 7 ਲੱਖ ਤੇ 20000 ਦੀ ਫਾਈਨਲ ਮੱਝ ਦੇ ਸਕਦੇ ਜਿੰਦਾਬਾਦ ਜੀ ਜਿਸ ਭਰਾ ਨੂੰ ਪਸੰਦ ਆ ਜਿਸ ਭਰਾ ਨੂੰ ਪਸੰਦ ਆ 7 ਲੱਖ ਤੇ 20000 ਰੁਪਏ ਸਾਡੇ ਘਰੋਂ ਇੱਥੋਂ ਆਪਣਾ ਦੁੱਧ ਦਾ ਗੱਲ ਬੋਲੇ ਦੀ ਕੀਤੀ ਹੈ ਜੇ ਮੱਝ ਦਾ ਬੋਲਾ ਨਾ ਬਣੇ ਫੇਰ ਵੀ ਮੱਝ ਫਰੀ ਦੇ ਵੈਰੀ ਗੁੱਡ ਜੀ ਤੁਸੀਂ 18 ਕਿਲੋ ਨਾ ਦੇ ਫੇਰ ਵੀ ਮੱਝ ਆਉਣ ਜਾਣ ਦਾ ਖਰਚਾ ਵੀ ਦੇਵਾਂਗਾ ਤੇ ਪੈਸੇ ਉਹਦੀ ਮਰਜ਼ੀ ਦੇ ਲਾਉਂਗਾ ਜੀ ਬਿਲਕੁਲ ਇਹ ਤੁਸੀਂ ਪਹਿਲਾਂ ਗੱਲ ਕੀਤੀ ਕਿ ਜਿਸ ਭਰਾ ਦਾ ਦਿਲ ਕਰਦਾ ਜਿੱਥੋਂ ਵੀ ਆਵੇ ਨਾ ਬੰਧੜੋ ਨਾ ਤੇ ਬੰਧੜੋ ਅੱਗੇ ਖੋਲੋ ਨੰਬਰ ਜਿਹੜੀ ਹੈ ਨਾ ਜੀ ਦੋ ਜਿਸ ਭਰਾ ਦਾ ਦਿਲ ਕਰਦਾ ਆ ਕੇ 18 ਕਿਲੋ ਜਿਹੜਾ ਬੋਲਾ ਹੈ ਨਾ ਤੇ ਠੰਡਾ ਕਰਕੇ ਆਪਣਾ ਪੂਰਾ ਕਰਕੇ ਫੇਰ ਜਿਹੜਾ ਨਾ ਲੈ ਕੇ ਜਾਣਾ ਅੱਗੇ ਖੋਲੋ ਜੀ ਨੰਬਰ ਜਿਹੜੀ ਹੈ ਨਾ ਜਿੱਦਾਂ ਜੀ ਦੋ ਝੋਟੀ ਦੂਜਣ ਕਿੰਨੇ ਦਿਨ ਹੋ ਗਏ ਜੇ ਸੋਏ ਆ ਝੋਟੀ ਨੂੰ ਭਾਈ ਨਿਸ਼ਾਨ ਇਹਦੀ ਹੁਣ ਜਿਹੜੀ ਹੈ ਨਾ 8ਵੀਂ ਚੁਆਈ ਹੈ ਪਿੱਛੇ ਦਾ ਨਾਲ ਹੀ ਬੱਚਾ ਵੀ ਬਜੇ ਹੈ ਮਗਰ ਇਹਦੇ ਚੌਥਾ ਦਿਨ ਇਹਦੇ ਮਗਰ ਵੀ ਕੱਟਾ ਠੀਕ ਹੋ ਗਿਆ ਜੀ ਸਾਰੀਆਂ ਦੇ ਮਗਰ ਕੱਟੇ ਹੀ ਨੇ ਇਹ ਤਿੰਨੇ ਨੇ ਤਿੰਨੋਂ ਦੇ ਮਗਰ ਜਿਹੜਾ ਹੈ ਨਾ ਇਹ ਕੱਟੇ ਨੇ ਇਹਦੀ ਜਿਹੜੀ 8ਵੀਂ ਚੁਆਈ ਹੈ ਨਾ 8ਵੀਂ ਚੁਆਈ ਹੈ ਚੌਥਾ ਦਿਨ ਇਹਨੂੰ ਠੀਕ ਹੈ ਦੂਸਰਾ ਅੱਲਾ ਹੈ ਰੱਖੇ ਮੈਂ ਝੋਟੀ ਲੱਭ ਕੇ ਲਿਆਂਦੀ ਹੈ ਤੁਹਾਡੇ ਜਿੱਡੀ ਜਿਸ ਤਰ੍ਹਾਂ ਤੁਸੀਂ ਵੱਡੇ ਹੋ ਜੀ ਬਿਲਕੁਲ ਇਹ ਕਾਦਾਵਰ ਜਿਹੜੀ ਹੈ ਕਾਦਾਵਰ ਤੇ ਅੱਡੀਆਂ ਝੋਟੀ ਦੀਆਂ ਖੁੱਡਾ ਪੁੱਠਾ ਤੇ ਵੱਖੀ ਜੀ ਬਿਲਕੁਲ ਤੇ ਧੁਨੀ ਕੋਲੀ ਏਡੀਆਂ ਮੱਝਾਂ ਦੀਆਂ ਵਹਾਈਏ ਤੇ ਫੇਰ ਚਾਸ ਹੁੰਦੀ ਜੀ ਬਿਲਕੁਲ ਇਧਰ ਕਰੋ ਜੀ ਇੱਕ ਵਾਰੀ ਜਿਹੜਾ ਨਾ ਅਗਾ ਝੋਟੀ ਜਿਹੜਾ ਨਾ ਬਲਾਲ ਨੂੰ ਤਸੱਲੀ ਕਰਾਣ ਦਿਓ ਤੇ ਰਸੇ ਦਾ ਨਿਸ਼ਾਨ ਚੈੱਕ ਕਰਨਾ ਹੈ
ਕਿ ਰਸੇ ਦਾ ਨਿਸ਼ਾਨ ਨਹੀਂ ਆ ਵੀ ਝੋਟੀ ਦੇ ਪਸ਼ਮ ਜਿਹੜੀ ਹੈ ਨਾ ਇਹ ਲੋਹੇ ਰੰਗੀ ਹੈ ਤੇ ਪੂਰੇ ਜਿਸਮ ਤੇ। ਦੂਸਰਾ ਇੱਕ ਮਿੰਟ ਮੈਨੂੰ ਸੋਟੀ ਦਿਓ ਤੁਹਾਨੂੰ ਮੈਂ ਝੋਟੀ ਦਾ ਖੁੱਡਾ ਵਹਾਂ ਕਿੰਨਾ ਹੋਵੇ। ਜੀ ਬਿਲਕੁਲ ਸਾਰੇ ਭਰਾ ਹੀ ਚਲੋ ਖੁੱਡੇ ਤੇ ਵਹਾਂਦੇ ਨੇ ਤੇ ਧੁਨੀਆਂ ਕੋਲੀਆਂ ਵਹਾਂਦੇ ਨੇ। ਜੀ ਬਿਲਕੁਲ ਇੰਨਾ ਖੁੱਡਾ ਠੀਕ ਹੋ ਗਿਆ ਜੀ। ਭਾਈ ਯੂਸਫ ਕਿੰਨਾ ਕੁ ਬੋਲਾ ਸੜੇ ਝੋਟੇ ਚ ਆਉਂਦੀ ਹੈ ਵੀ ਬੋਲਾ ਭਾਜੀ 14 ਕਿਲੋ ਹੋਵੇ ਦਾ ਪੱਕਾ ਪੀਟਾ ਪੱਕਾ ਪੀਟਾ ਜੀ ਦੱਸਣ ਨੂੰ ਭਾਵੇਂ ਇਹਦਾ 20 ਦੱਸ ਲਈਏ ਤੇ ਭਾਵੇਂ 19 ਦੱਸ ਲਈਏ ਠੀਕ ਹੋ ਗਿਆ ਹੋਵੇ ਦਾ 14 ਕਿਲੋ ਅਸੀਂ ਚੁਆ ਕੇ ਇਹਨੂੰ ਦਿਆਂ ਦੇ ਜਿਹੜਾ ਭਰਾ ਆਵੇ ਇੱਕ ਟਾਈਮ ਚੋਵੇ ਤਿੰਨ ਟਾਈਮ ਚੋਵੇ 10 ਟਾਈਮ ਚੋਵੇ ਸਾਡੇ ਮੱਥੇ ਤੇ ਵੱਟ ਕੇ ਆ ਵੇਖਿਓ ਤੇ ਸਾਡੇ ਮੂੰਹ ਦੇ ਕੋਲ ਤੇ ਦੋ ਜੀ ਬਿਲਕੁਲ 14 ਕਿਲੋ ਆ ਕੇ ਆਪਣੀ ਤਸੱਲੀ ਕਰ ਲੈਣੀ ਹੈ ਨਾ। ਲੋ ਜੀ ਭਾਈ ਯੂਸਫ ਝੋਟੀ ਨੰਬਰ ਜਿਹੜੀ ਹੈ ਨਾ ਜੀ 2 ਤੇ ਦੂਜਣ ਬੱਚਾ ਮਗਰ ਇਹਦੇ ਕੱਟਾ ਤੇ ਬੋਲਾ ਜਿਹੜਾ ਹੈ ਨਾ ਇਹ 14 ਕਿਲੋ ਦੀ ਤਸੱਲੀ ਹੈ ਕਿਸੇ ਭਰਾ ਨੂੰ ਪਸੰਦ ਆਵੇ ਨਾ ਇਹ ਕਿੰਨੇ ਦੀ ਝੋਟੀ ਤੁਸੀਂ ਦੇ ਸਕਣੀ ਹੈ। ਪਰੇਸ਼ਾਨ ਮੈਂ ਤਾਂ ਨਾ ਇਹ ਤੁਸੀਂ ਮੋਲੇ ਦਾ ਲਾਸ਼ ਭਾਈ ਯੂਸਫ ਤੁਸੀਂ ਇੱਕ ਵਾਰੀ ਇਹਦਾ ਮੁੱਲ ਲਾਓ ਤੇ ਅਗਲੀ ਗੱਲ ਫਿਰ ਮੈਂ ਤੁਹਾਡੇ ਨਾਲ ਕਰ ਲੈਣਾ ਇਹ ਵੀਡੀਓ ਕਿਹੜਾ ਮੁੱਕ ਚੱਲੀ ਹੈ ਕਿਸੇ ਭਰਾ ਨੂੰ ਪਸੰਦ ਆਵੇ ਨਾ ਕਿੰਨੇ ਦੀ ਝੋਟੀ ਦੇ ਸਕਣੀ ਹੈ। ਪਰੇਸ਼ਾਨ ਜੇ ਉਹ ਕੁਝ ਝੋਟੀ ਲੱਭਦੀ ਹੈ ਨਾ ਬਈ ਜਾਂ ਜੋ ਕੁਝ ਇਹਦਾ ਕੰਮ ਸ਼ਾਮ ਦੱਸਦੀ ਹੈ ਬਈ ਠੀਕ ਹੈ ਆਪਣੀ ਝੋਟੀ ਦੇ ਕਿਦਰੂ ਥਣ ਪੈਰ ਬਣੇ ਹੁਣ ਸਿੰਘ ਬਣੇ ਹੁਣ ਜੀ ਬਿਲਕੁਲ ਝੋਟੀ ਫਰੀ ਦੇਹੜਾਂ ਦੀ ਇੱਕ ਦੀ ਨਹੀਂ ਸਾਰੀਆਂ ਮੱਝਾਂ ਦੀ ਠੀਕ ਹੋ ਗਿਆ ਤੇ ਫਿਰ ਥਣ ਮੁੱਠ ਮੁੱਠ ਹੋਵੇ ਥਣ ਆਪੀ ਚੈੱਕ ਕਰ ਲਓ ਜੋ ਕੁਝ ਆ ਉਹ ਸਾਰੇ ਭਰਾਵਾਂ ਦੇ ਸਾਹਮਣੇ ਜੀ ਬਿਲਕੁਲ ਭਾਈ ਯੂਸਫ ਕਿੰਨੇ ਦੀ ਝੋਟੀ ਦੇ ਸਕਣੀ ਹੈ ਭਾਜੀ ਜੇ ਤੇ ਮੁੱਲ ਕਰੀਏ ਨਾ ਤੇ ਫੇਰ ਭਾਵੇਂ ਜਿੰਨਾ ਮਰਜ਼ੀ ਪੇ ਕਰੀਏ 6.5 ਲੱਖ ਦੀ ਝੋਟੀ ਦੇ 6.5 ਲੱਖ ਦੀ ਨੰਬਰ ਜਿਹੜੀ ਹੈ ਨਾ ਜੀ 2 ਲੋ ਜੀ ਭਾਈ ਯੂਸਫ ਤੇ ਨੰਬਰ 1 ਤੇ ਨੰਬਰ 2 ਨੰਬਰ 1 ਦਾ ਮੁੱਲ ਲਾਇਆ ਤੁਸੀਂ 7,30,000 ਹਾਂ ਜੀ ਔਰ ਨੰਬਰ 2 ਦਾ ਮੁੱਲ ਆਇਆ 6.5 ਲੱਖ ਹੁਣ ਭਾਈ ਯੂਸਫ ਇਹ ਦੋਵੇਂ ਇਕੱਠੀਆਂ ਕਰਨੀਆਂ ਨੇ ਅਗਰ ਕਿਸੇ ਭਰਾ ਨੂੰ ਜੋੜਾ ਪਸੰਦ ਆਵੇ ਨਾ ਇਹ ਜੋੜਾ ਤੁਸੀਂ ਕਿੰਨੇ ਦਾ ਦੇ ਸਕਣਾ ਤੇ ਭਾਈ ਨਿਸ਼ਾਨ ਮੈਂ ਕੋਈ ਚੰਗੀ ਮਾੜੀ ਨਹੀਂ ਕਰਨੀ ਜੋ ਤੁਹਾਡਾ ਦਿਲ ਕਰਦਾ ਉਸ ਤਰ੍ਹਾਂ ਨਹੀਂ ਭਾਈ ਯੂਸਫ ਮੈਂ 1 ਮਿੰਟ ਮੇਰੀ ਗੱਲ ਤਾਂ ਸੁਣੋ ਨਾ ਇੱਕ ਰਿਕੁਐਸਟ ਮੇਰੀ ਸੁਣਨੀ ਹੈ ਕਿ ਇੱਕ ਵਾਰੀ ਤੁਸੀਂ ਇਕੱਠਾ ਕਰਨਾ ਜੇ ਫਰਕ ਹੋਇਆ ਨਾ ਤੇ ਮੈਂ ਜ਼ਰੂਰ ਕੱਢਾਂਗਾ ਜਿਹੜਾ ਭਾਈ ਨਿਸ਼ਾਨ ਇਹਦਾ ਮੁੱਲ ਆਇਆ 6.5 ਲੱਖ ਉਹਦਾ ਲਾਇਆ 7,20,000 ਜੀ ਬਿਲਕੁਲ ਜੇ ਦੋਵੇਂ ਕੋ ਇਕੱਠੀਆਂ ਲੈ ਨਾ ਠੀਕ ਹੈ ਤੇ ਉਤਲਾ 20,000 ਰੁਪਇਆ ਜਿਹੜਾ ਨਾ 13.5 ਲੱਖ ਦੀਆਂ ਦੋਵੇਂ ਦੇ ਵੈਰੀ ਗੁੱਡ ਜੀ ਜਿਸ ਭਰਾ ਨੂੰ ਦੋਵੇਂ ਪਸੰਦ ਆਵਣ ਨਾ 13.5 ਲੱਖ ਰੁਪਏ ਦੀਆਂ ਜਿਹੜਾ ਨਾ ਇਹ ਦੋਵੇਂ ਦੇ ਸਕਣੀਆਂ ਨੇ ਮਜ਼ੀਦ ਆਜ ਦੀ ਕਦਰ ਹੋ ਗਈ ਕਦਰ ਵੀ ਜ਼ਰੂਰ ਹੋਵੇ ਦੀ ਤੇ ਜਿਹੜੇ ਘਰ ਜਾਣਦੀਆਂ ਨਾ ਜਦੋਂ 40 ਕੁ ਦਿਨ ਇਹਨਾਂ ਨੂੰ ਲੰਘੇ ਨਾ ਤੇ ਫੇਰ ਮੈਂ ਲਾਮਾ ਵੀ ਇਸ ਤਰ੍ਹਾਂ ਦਾ ਲਾਂਦਾ ਇਸ ਤਰ੍ਹਾਂ ਵੀਡੀਓ ਬਣਾ ਕੇ ਲਾਮਾ ਵੀ ਲਾਂਦਾ ਜੇ ਕਿਸੇ ਦਿੱਤਾ ਵੈਰੀ ਗੁੱਡ ਜੀ ਲਿਓ ਜੇ ਖੋਲੋ ਹੁਣ ਨੰਬਰ ਜਿਹੜੀ ਹੈ ਨਾ ਜੀ ਤੀਸਰੇ ਨੰਬਰ ਤੇ ਭਾਈ ਨਿਸ਼ਾਨ ਜਿਹੜੀ ਝੋਟੀ ਹੈ ਨਾ ਜੀ ਬਿਲਕੁਲ ਇਹ ਝੋਟੀ ਹੈ ਸ਼ੌਕ ਵਾਲੀ ਇਹ ਵੱਖਰੀ ਜਿਹੀ ਇਹ ਵੱਖਰਾ ਜਿਹਾ ਕੰਮ ਹੈ ਤੇ ਵੱਖਰਾ ਜਿਹਾ ਕਰਕੇ ਲਈ ਆਪੀ ਵੀ ਠੀਕ ਹੈ ਤੇ ਵੱਖਰੇ ਜਿਹੇ ਕਿਸੇ ਬੰਦੇ ਲੈਣੀ ਹੈ ਇੱਧਰ ਯਾਰ ਵੇਖੋ ਨਾ ਕਿ ਆਪਣੀ ਮਰਜ਼ੀ ਨਾਲ ਟੋਰਨੀ ਹੈ ਤੇ ਫਿਰ ਜਿੱਦਾਂ ਦਿਲ ਜੇ ਲੈ ਜਾਓ ਇੱਕ ਵਾਰੀ ਬਲਾਲ ਨਾਲ ਕਾਪਰੇਟ ਕਰੋ ਕਿਉਂਕਿ ਮੱਝ ਵਹਾਣੀ ਤੇ ਸੁਣਾ ਤੁਹਾਡੇ ਸਿਰ ਤੇ ਜਿਹੜਾ ਨਾ ਵੀਡੀਓ ਜਨਾਬ ਬਣਨੀ ਹੈ ਕੱਲ ਪਾ ਲੈ ਯਾਰ ਸਾ ਪਾ ਲੈ ਕਿਹਾ ਕਿ ਜੀ ਭਾਈ ਯੂਸਫ ਨੰਬਰ ਜਿਹੜੀ ਹੈ ਨਾ ਜੀ 3 ਝੋਟੀ ਤੇ ਸ਼ੁਕੀਨ ਜਿਹੜਾ ਨਾ ਮਾਸ਼ਾਅੱਲਾ ਜੀ ਝੋਟੀ ਦੀ ਹਾਈਟ ਵੇਲ ਤੇ ਵੇਟ ਜਿਹੜਾ ਹੈ ਨਾ ਇਹ ਚੈੱਕ ਕਰਨਾ ਤੇ ਲਬਾਸ ਦੀਆਂ ਚੜਾਈਆਂ ਤੇ ਲੰਬਾਈਆਂ ਜਿਹੜੀਆਂ ਨੇ ਨਾ ਇਹ ਭਰਾਵਾਂ ਨੇ ਚੈੱਕ ਕਰ ਲਈਆਂ ਨੇ ਭਾਈ ਯੂਸਫ ਝੋਟੀ ਨੇ ਸੁਵਾ ਕੇ ਲਿਆ ਜੇ ਪਰੇਸ਼ਾਨ ਆ ਇਹਨੂੰ ਪਹਿਲਾਂ ਵੀ ਬਣਾ ਲਈਏ ਤੇ ਕੋਈ ਦੁਖਦੀ ਨਹੀਂ ਪਰ ਛੇਵੀਂ ਜੀ ਤੀਸਰਾ ਦਿਨ ਛੇਵੀਂ ਚੁਆਈ ਹੁਣ ਕਰਨੀ ਹੈ 5 ਹੋ ਗਈਆਂ ਠੀਕ ਹੋ ਗਿਆ ਜੀ ਕਿੰਨਾ ਕੋਈ ਆਪਣੇ ਇਹਦੇ ਕੋਲੇ ਬੋਲਾ ਜਿਹੜਾ ਹੈ ਜੇ ਚੁੰਦੇ ਹੋ ਬੋਲਾ ਭਾਈ ਨਿਸ਼ਾਨ ਜਿਸ ਤਰ੍ਹਾਂ ਦੇ ਇਹਦਾ ਕੰਮ ਹੈ ਤੇ ਜੇ ਉਸ ਤਰ੍ਹਾਂ ਤੁਸੀਂ ਇਹ ਫੇਰ ਤਾਂ 20 ਕਿਲੋ ਵੀ ਦੱਸ ਲਈਏ ਤੇ ਪੱਚਦਾ ਜਾਂ ਜਿੰਨੀ ਜਗ੍ਹਾ ਉਹਦੇ ਕੋਲ ਜਿੰਨੀ ਜਗ੍ਹਾ ਉਹਦੇ ਕੋਲ ਬਰਲ ਕੱਚੀ ਸੂਈ ਝੋਟੀ ਹੇਠ 14 ਕਿਲੋ ਬੋਲਾ ਇਸ ਟਾਈਮ ਜਿਹੜਾ ਇਸ ਟਾਈਮ ਛੇਵੀਂ ਚੁਆਈ ਚ ਠੀਕ ਹੋ ਗਿਆ ਇਹ ਝੋਟੀ ਉਸ ਬੰਦੇ ਵਾਸਤੇ ਵੀ ਜਿਹੜੇ ਬੰਦੇ ਨੂੰ ਮੱਝਾਂ ਦੀ ਪਰਾਂ ਹੈ ਜੀ ਬਿਲਕੁਲ ਦੂਜੇ ਬੰਦੇ ਵਾਸਤੇ ਭਾਈ ਜੀ ਮੈਂ ਮਦਦ ਕਰਨਾ ਇੰਜ ਜਾਣ ਕੇ ਤੇ ਆਪੀ ਵੀ ਨਾ ਸੱਤਿਆ ਜੇ ਤੇ ਮੈਨੂੰ ਵੀ ਨਾਸਤਾ ਇਹ ਜਿਹੜਾ ਬੰਦਾ ਸ਼ੌਕ ਰੱਖਦਾ ਜਿਹੜਾ ਬੰਦਾ ਸ਼ੌਕ ਰੱਖਦਾ ਜਿਸ ਬੰਦੇ ਨੇ ਸ਼ੌਕ ਨਾ ਮੰਗੇ ਨਾ ਉਸ ਬੰਦੇ ਨੂੰ ਝੋਟੀ ਦੇ ਸਕਦੇ ਹਾਂ ਜੀ ਠੀਕ ਹੈ ਬੱਚੇ ਦੇ ਮਗਰ ਵੀ ਕੱਟਾ ਇਹਦੇ ਮਗਰ ਵੀ ਕੱਟਾ ਲੋ ਜੀ ਭਾਈ ਯੂਸਫ ਨੰਬਰ ਜਿਹੜੀ ਹੈ ਨਾ ਜੀ ਝੋਟੀ 3 ਤੇ ਅੱਜ ਦੀ ਵੀਡੀਓ ਦੀ ਆਖਰੀ ਜਿਹੜਾ ਹੈ ਨਾ ਸ਼ੁਕੀਨ ਝੋਟੀ ਜਿਹੜਾ ਹੈ ਨਾ ਅਗਰ ਕਿਸੇ ਭਰਾ ਨੂੰ ਪਸੰਦ ਆਵੇ ਨਾ ਇਹ ਕਿੰਨੇ ਦੀ ਝੋਟੀ ਤੁਸੀਂ ਜਿਹੜਾ ਨਾ ਦੇ ਸਕਣੀ ਹੈ ਭਾਈ ਨਿਸ਼ਾਨ ਝੋਟੀ ਭਾਈ ਮੱਝ ਪਿਆ ਵਹਾਂਦਾ ਭਾਈ ਬਲਾਲ ਜੀ ਬਿਲਕੁਲ ਸ਼ੱਕ ਅੱਗੇ ਇਹ ਬੰਦਾ ਬਿਲਕੁਲ ਛੱਡਦਾ ਕੋਈ ਨਹੀਂ ਜੀ ਬਿਲਕੁਲ ਬਰਲ ਮੱਝ ਜਿਹੜੀ ਹੈ ਨਾ ਚਲੋ ਸਿਫਤ ਅੱਲਾ ਤੇ ਸੋਹਣੇ ਬੀਜਦੀ ਹੈ ਜੀ ਬਿਲਕੁਲ ਠੀਕ ਹੈ ਜੀ
थना तो ला के पैरां दे नवां तो ला के तोड़ नासा तक झूठी धुनी कोली भी बहानी है जी बिलकुल बखी भी बहानी है फुटा फुटा भी बहाना ठीक है इधर भाई बलाल पा रहा है बलाल एक बारी पुछल जेड़ा ना इदा भी बहा सड़ना किन्ना दे आखे आ ते एक रह गई है तो भी मत लेट के जी बिलकुल ओ भी बहा सड़या ठीक है वेलो जी कोई उंगल जे शहादत वाली जी बिलकुल ओ सामने नजर आंदा पया ना रोज रोज घर घर नहीं जम रोज नहीं लगती रोज नहीं लगती यूसुफ डंगर लगता नसीबा ला जिस भरा नु पसंद आवे ना 10 लाख रुपये की झोटी जेड़ी है ना दूजे नंबर आई दी बलवेटी जी बिलकुल ठीक हो गया जी भाई यूसुफ लिया जेडिया दूजिया ने ना विकी लिखनिया जी जेडिया तका सड़ो बिलाल एक बार तू जेड़ा ना नंबर जेड़ी तीन झोटी फिर वहा सड़नी है ते फिर वीडियो करने जी खत्म जी भाई यूसुफ परेशान अपने पिंड मामा नवा दी है ओदे को गई है नाल पिछे डेरा ठीक है जी एक मज है एक हां जी एक मज बड़ियाने गई है ए बड़ियाने चारकोट जी एक मज लाहौर गई है जफर शाह साहब ने वो ला के ने पैस को नहीं ठीक हो गया जी ठीक है चौकी अंबरसर के कोल अंबरसर के कोल जी पांच मजा पिछले जेडी वीडियो लानी ही वो ते ना शोरपुर टर गई यहां ए शोर रियासत ला गया जी ठीक हो गया ठीक है जी एक गां जेडी पिछली वीडियो वाली ही वो सियालकोट एयरपोर्ट दे नाल पिंड है मुल्तान मारना पाकिस्तान जिंदाबाद पाक फौज जिंदाबाद।